ਇਹ ਸੀਗੀ ਜਿਹੜੀ ਮੋਰਾ ਬਫਲੂ, ਇਹਦਾ 24 ਕੁ ਲੀਟਰ ਦਾ ਰਿਕਾਰਡ ਹੈਗਾ ਵੀ ਨੋਰਮਲ ਠੰਡਾ ਦੁੱਧ ਇਹ 24 ਲੀਟਰ ਦੁੱਧ ਕੱਢਦੀ ਹੈ। ਅਤੇ ਉਦੋਂ ਬਾਅਦ ਫਿਰ ਤਾਂ ਤੁਹਾਨੂੰ ਇਹ ਦਿਖਾਉਣੇ ਆ, ਇਹ ਚੈਂਪੀਅਨ, ਇਹ 92 ਨੰਬਰ ਝੋਟੀ ਆਪਣੀ ਚੈਂਪੀਅਨ ਹੈ। ਇਹ ਮੁਕਤਸਰ ਵਗੈਰਾ ਹੋਰ PTF ਸਾਰੇ ਮੇਲਿਆਂ ਦੀ ਚੈਂਪੀਅਨ ਬਣੀ ਵੀ ਹੈ। ਚੈਂਪੀਅਨ ਬਣ ਕੇ ਫਿਰ 5 ਸਾਲ ਇਹ ਮੁਕਾਬਲੇ ਨਹੀਂ ਲੜ ਸਕਦੀ, ਹੁਣ ਉਹ ਕੰਮ ਹੈ, 5 ਸਾਲਾਂ ਬਾਅਦ ਉਹ ਫਿਰ ਮੁਕਾਬਲਾ ਲੜਨ ਨੂੰ ਤਿਆਰ ਹੈ। ਇਹ 2 ਡਰਾਈ ਹੈ, ਇਹ ਨਵੀਂ ਹਰਿਆਣੇ ਦੇ ਵਿੱਚੋਂ ਮੈਂ ਸਾਈਆਂ ਵੀ ਆ ਦੋਨੇ ਡਰਾਈ ਦੇ ਵਿੱਚ, ਬਹੁਤ ਵਧੀਆ ਦੁੱਧ ਦਾ ਰਿਕਾਰਡ ਇਹਨਾਂ ਦਾ ਵੀ ਬਹੁਤ ਵਧੀਆ, 24-25 ਲੀਟਰ ਦਾ। ਇਹ ਬੱਚਾ ਦੇਖੋ 2.5 ਸਾਲ ਦੇ ਕਰੀਬ ਹੋ ਗਿਆ, ਸੂਰਵੀਰ ਦਾ ਬੱਚਾ ਇਹ, ਅਤੇ ਸਵੈਨ ਵਾਲੀ ਜਿਹੜੀ ਮੱਝ ਆਈ ਤੀ ਵੀ ਆਪਣੀ ਮੁਕਤਸਰ ਮੇਲੇ ਦੇ ਉੱਤੇ ਦੁੱਧ ਮੁਕਾਬਲੇ ਦੇ ਵਿੱਚ 3 ਨੰਬਰ 'ਤੇ ਸੀਗੀ ਉਹ, ਅਤੇ ਬਾਕੀ ਪਹਿਲਾਂ ਇਹਨੇ 27 ਲੀਟਰ ਦੁੱਧ ਇਹਨੇ ਦਿੱਤਾ, ਫਿਰ ਮੁਕਤਸਰੋਂ ਵੀ ਜਿੱਤੀ ਇਹਦੀ ਮਾਂ, 25-26 ਲੀਟਰ ਦੁੱਧ ਇਹਨੇ ਆਮ ਹੀ ਨੋਰਮਲੀ ਕੱਢਿਆ। ਅਤੇ ਬਾਕੀ ਇਹ ਗਾਂ ਦਿਖਾਉਣੇ ਆ ਤੁਹਾਨੂੰ, ਹੈ ਨਾ, ਸਾਹੀਵਾਲ HF ਅਤੇ ਜੇ ਜਲਸੀ, ਇਹ ਜਲਸੀ ਇਹ ਵੀ ਚੈਂਪੀਅਨ ਰਹੀ ਆ ਜਲਸੀ। ਬਾਕੀ ਦੁੱਧ ਦਾ ਹੈਗਾ ਇਹਦਾ 34-35 ਲੀਟਰ ਦਾ ਵਧੀਆ, 3ਜਾ ਸੂਆ ਹੈ ਸੂਣੀ ਆ ਹੁਣ। ਇਹ ਬੱਚੇ ਆ ਗਏ ਸਾਰੇ ਆ ਗਏ, ਇਹ ਪਹਿਲਾਂ ਝੋਟੀ ਨੇ 18 ਕੁ ਲੀਟਰ ਦੀ ਦੁੱਧ ਕੱਢਿਆ ਸੀਗਾ। ਬਾਕੀ ਇਹ ਸੂਰਵੀਰ ਦੀ ਸਭ ਤੋਂ ਪਹਿਲੀ ਬੱਚੀ ਹੈ, ਇਹ ਸੂਰਵੀਰ ਉੱਚੀ ਰੁੜਕੀ ਵਾਲਾ, ਉਹਦੀ ਸਭ ਤੋਂ ਪਹਿਲੀ ਜਿਹੜੀ ਕੱਟੀ ਪੈਦਾ ਹੋਈ ਹੈ ਉਹ ਹੈ। ਹੁਣ ਇਹ ਗੱਭਣ ਹੈ 5 ਮਹੀਨਿਆਂ ਦੀ, ਇਹ ਕਹਿੰਦੀ ਹੈ ਮੇਰੀ ਵੀਡੀਓ ਬਣਾ। ਬਾਕੀ ਤੁਹਾਨੂੰ ਇੱਧਰ ਦਿਖਾਉਣੇ ਆ, ਆਮਦੀ ਪੂਰੇ ਆ ਆ ਜਾ। ਬਾਕੀ ਇਹ ਝੋਟੀ ਹੈ, ਇਹ ਇੱਥੇ ਵੀ ਪਟਿਆਲੇ ਇਹ ਫਸਟ ਆਈ ਸੀਗੀ, ਇਹ ਬਹੁਤ ਸੋਹਣਿਆ ਦੁੱਧ ਦਾ ਰਿਕਾਰਡ ਵੀ ਇਹਦਾ ਹੈਗਾ ਸੀਗਾ, ਇੱਥੇ 20-21 ਲੀਟਰ ਦੁੱਧ ਕੱਢਿਆ ਨੋਰਮਲੀ ਠੰਡਾ, ਮਤਲਬ ਕੰਪੀਟੀਸ਼ਨ ਸੀਗਾ ਬਿਊਟੀ ਦੇ ਵਿੱਚ ਉਹਦੇ ਵਿੱਚ ਆਈ ਹੈ। ਇਹਦੇ ਨਾਲ ਖੜੀ ਹੈ, ਇਹਨੂੰ ਅਸੀਂ ਵੀ ਦਿੱਲੀ ਵਾਲੀ ਦੇ ਨਾਮ ਦੇ ਨਾਲ ਜਾਣਦੇ ਹਾਂ, ਇਹਦਾ ਵੀ 24-25 ਲੀਟਰ ਦੁੱਧ ਹੈ, ਬਹੁਤ ਵਧੀਆ ਚੰਗਾ। ਅਤੇ ਇਹ 88 ਨੰਬਰ ਆ ਗਈ, ਇਹਦਾ ਵੀ ਸਭ ਤੋਂ ਵਧੀਆ 25-26 ਲੀਟਰ ਦਾ ਰਿਕਾਰਡ ਹੈ। ਅਤੇ ਬਾਕੀ ਇਹ ਵੀ ਚੈਂਪੀਅਨ ਰਹੀ ਹੈ। ਇਹ ਐਤੀ ਉਹ ਜੋ ਮੁਕਤਸਰ ਪਟਿਆਲੇ 6 ਨੰਬਰ 'ਤੇ ਆਈ ਸੀਗੀ ਨਾ, ਇਹ ਮੈਂ ਸੋ ਹੈ, ਇਹ ਇਸ ਟਾਈਮ ਟੋਕੜ ਵੀ ਹੈਗੀ ਆ, ਅਤੇ ਇਹਦਾ ਹੈਗਾ 18 ਕੁ ਲੀਟਰ ਅਤੇ 18 ਕੁ ਲੀਟਰ ਹੋ ਜਾਂਦੀ ਹੈ। ਜਿਹੜੀ ਆਹ ਮੈਸ ਦੇਖਦੇ ਹੋ ਇਹ ਹੈਗੀ ਆ ਸਵੈਨ ਵਾਲੀ, ਜਿਹਨੇ ਐਤੀ ਵੀ ਮੁਕਤਸਰ ਦੁੱਧ ਮੁਕਾਬਲਾ ਦੇ ਵਿੱਚ 3ਜੇ ਨੰਬਰ 'ਤੇ ਆਈ ਸੀ, ਉੱਥੇ ਬਿਮਾਰ ਹੋਣ ਕਰ ਥੋੜ੍ਹਾ ਜਿਹਾ ਦੁੱਧ ਘੱਟ ਕੱਢਿਆ ਨੇ, ਅਤੇ ਇਹੀ ਕਾਰਨ ਸੀਗਾ। ਇਹ ਮੈਂ ਇਸ ਵੱਡੀ ਲਾਲੂ ਵਾਲੀ, ਜਿਹੜੀ ਲਾਲੂ ਦੇ ਨਾਂ ਨਾਲ ਬਹੁਤ ਮਸ਼ਹੂਰ ਹੈ, ਹਰ ਕੰਪੀਟੀਸ਼ਨ ਦੇ ਵਿੱਚ ਇਹਨੇ ਵੀ ਭਾਗ ਲਿਆ, ਦੁੱਧ ਚਵਾਈ ਦੇ ਵਿੱਚ ਬਹੁਤ ਤਕੜਾ, ਸੂਰਵੀਰ ਦੀ ਮਤਲਬ ਮਾਂ, ਇਹਨੂੰ ਵੀ ਖਿਤਾਬ ਵੀ ਮਿਲਿਆ ਹੋਇਆ ਚੈਂਪੀਅਨ ਦਾ, ਠੀਕ ਹੈ ਜੀ, ਆਲ ਟਾਈਮ ਵਿਨਰ ਜਿਵੇਂ ਖਲੀ ਦਾ ਸੀਗਾ, ਇਹਨੇ ਵੀ 5 ਸਾਲ ਲਗਾਤਾਰ ਦੁੱਧ ਚਵਾਈ ਦੇ ਮੁਕਾਬਲੇ ਜਿੱਤੇ ਆ ਇਹਨੇ। ਇਹ ਦੇਖੋ ਇਹਨਾਂ ਦਾ ਉਹ, ਬਾਕੀ ਉਹ ਝੋਟੀ ਨਾਲ ਖੜੀ ਹੈ, ਉਹਨੇ ਵੀ 18-20 ਲੀਟਰ ਦੁੱਧ ਕੱਢਿਆ। ਅਤੇ ਤੁਹਾਨੂੰ ਉੱਧਰ ਥੋੜ੍ਹੀ ਧੁੱਪ ਤੇਜ਼ ਹੋਣ ਕਰਕੇ ਨਹੀਂ ਇੱਧਰ ਆਉਂਦਾ ਹੈ ਨਾ,